ਦੇਖੋ ਬੱਚਾ ਕਿਵੇਂ ਲਿਮਿਟ ਤੋਂ ਵੱਧ ਖਾ ਰਿਹਾ, ਪਰ ਆਪਾਂ ਆਪਣੇ ਲਿਮਿਟ ਵਾਲੇ ਡਿਸਟ੍ਰੀਬਿਊਸ਼ਨ ਫ੍ਰੀਕੁਐਂਸੀ ਟੇਬਲ ਕਿਵੇਂ ਬਣਾਈਦਾ, ਆਓ ਦੇਖੀਏ। ਆਪਾਂ ਚੈਪਟਰ 4 ਡਾਟਾ ਹੈਂਡਲਿੰਗ ਅੰਕੜਿਆਂ ਦਾ ਪ੍ਰਬੰਧਨ ਦੀ ਐਕਸਰਸਾਈਜ਼ 4.1 ਦਾ ਕਿਹੜਾ ਕੁਐਸਚਨ ਕਰਨਾ। ਆਪਾਂ ਇਸ ਤੋਂ ਪਹਿਲਾਂ ਬਾਰੰਬਾਰਤਾ ਵੰਡ ਸਾਰਣੀ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਟੇਬਲ ਕੀਤਾ ਸੀ, ਪਰ ਉਹਦੇ ਵਿੱਚ ਆਪਾਂ ਜਿਹੜੀ ਰਕਮ ਵਰਤੀ ਹੁੰਦੀ ਸੀ ਉਹ ਰਕਮ ਹੀ ਲਿਖ ਦਿੰਦੇ ਸੀ ਇੱਥੇ, ਤੇ ਉਹ ਕਿੰਨੀ ਵਾਰ ਆਈ ਹੈ ਇਹ ਗਿਣਤੀ ਲਿਖ ਦਿੰਦੇ ਸੀ, ਇਹੀ ਕਰਦੇ ਸੀ ਨਾ। ਹੁਣ ਇਹ ਥੋੜ੍ਹਾ ਫਰਕ ਤਰੀਕੇ ਦਾ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਬਾਰੰਬਾਰਤਾ ਸਾਰਣੀ, ਔਰ ਇਹ ਵੀ ਇੰਪੋਰਟੈਂਟ ਆ ਉਹ ਵੀ ਇੰਪੋਰਟੈਂਟ ਆ। ਕੀ ਇਹਦੇ ਵਿੱਚ ਫਰਕ, ਪ੍ਰਸ਼ਨ ਜਾਂ ਉਹਨਾਂ ਨੇ ਰਕਮਾਂ ਦਿੱਤੀਆਂ, ਉਹਨਾਂ ਨੇ ਕਿਹਾ ਵਰਗ ਅੰਤਰਾਲ 30 ਤੋਂ 35, 35 ਤੋਂ 40 ਆਦਿ ਦੀ ਵਰਤੋਂ ਕਰਕੇ ਬਾਰੰਬਾਰਤਾ ਸਾਰਣੀ ਬਣਾਓ। ਹੁਣ ਇਹਦੇ 'ਚ ਇਹ ਨਹੀਂ ਹੈਗਾ ਕਿ ਜਿਹੜੀ ਰਕਮ ਹੈ ਉਹ ਰਕਮ ਲਿਖੋ ਕਿੰਨੀ ਵਾਰ ਆਈ ਹੈ, ਨਹੀਂ। ਇਹਦੇ 'ਚ ਉਹਨਾਂ ਨੇ ਕਿਹਾ ਕਿ ਆਪਾਂ ਇੱਕ ਲਿਮਿਟ ਲੈਣੀ ਹੈ, 30 ਤੋਂ 35 ਇੱਕ ਲਿਮਿਟ ਹੈ, 35 ਤੋਂ 40 ਦੂਜੀ ਲਿਮਿਟ ਹੈ। ਇਸ ਤਰ੍ਹਾਂ ਦੇ ਉਹਨਾਂ ਨੇ ਇੱਕ ਉਦਾਹਰਣ ਦਿੱਤੀ ਕਿ ਇੱਦਾਂ ਦੀਆਂ ਲਿਮਿਟਾਂ ਲੈ ਕੇ ਤੁਸੀਂ ਦੇਖੋ ਕਿ ਕਿੰਨੀ ਕਿੰਨੀ ਉਸ ਲਿਮਿਟ 'ਚ ਆਉਂਦੇ ਹੈ, ਤਾਂ ਫਿਰ ਟੇਬਲ ਬਣਾਓ। ਠੀਕ ਹੈ ਜੀ, ਸਿੰਪਲ ਦਾ ਐਗਜ਼ਾਮਪਲ ਦੇਖੀ। ਮੰਨ ਲਓ ਤੁਹਾਡੀ ਕਲਾਸ 'ਚ ਆਪਾਂ ਮੈਥ ਦਾ ਟੈਸਟ ਲਿਖੋ, ਠੀਕ ਹੈ ਜੀ, ਅਤੇ ਕਿਸੇ ਬੱਚੇ ਦੇ 2 ਨੰਬਰ ਆਏ, 40-50 ਨੰਬਰਾਂ ਦਾ ਟੈਸਟ ਸੀ, ਕਿਸੇ ਦੇ 40 ਆਏ, ਕਿਸੇ ਦੇ 48 ਆਏ, ਕਿਸੇ ਦੇ 32 ਆਏ, ਕਿਸੇ ਦੇ 35 ਲਿਖਣਾ। ਹੁਣ ਆਪਾਂ 40 ਬੱਚਿਆਂ ਦਾ ਇਕੱਲੇ ਇਕੱਲੇ ਦਾ ਲਿਖਣ ਲੱਗੇ ਕਿ ਪਹਿਲੇ ਦੇ 40 ਹੈ, ਦੂਜੇ ਦੇ 38 ਹੈ, ਤੀਜੇ ਦੇ 33 ਹੈ, ਤਾਂ ਉਹ ਟਾਈਮ ਲੱਗੂਗਾ। ਸੌਖਾ ਕਰਨ ਲਈ ਕੀ ਕੀਤਾ, ਆਪਾਂ ਇੱਕ ਲਿਮਿਟਾਂ ਬਣਾ ਲਈਆਂ ਕਿ 1 ਨੰਬਰ ਤੋਂ ਲੈ ਕੇ 0 ਤੋਂ 10 ਦੇ ਵਿੱਚ ਕਿੰਨੇ ਬੱਚੇ ਹੈ, ਜਿਨ੍ਹਾਂ ਦੇ ਨੰਬਰ ਮੈਥ ਵਿੱਚ 0 ਤੋਂ 10 'ਚ ਆਏ ਹੈ, ਆਪਾਂ ਉਹ ਦਿਨ ਗਿਣਾਂਗੇ 5-6 ਜੋ ਵੀ ਹੈ। ਅਗਲੀ ਲਿਮਿਟ ਬਣਾਵਾਂਗੇ 11 ਤੋਂ ਲੈ ਕੇ 20 ਤੱਕ ਕਿੰਨੇ ਬੱਚੇ ਹੈ, ਜਿਨ੍ਹਾਂ ਦੇ ਨੰਬਰ ਆਏ ਹੈ 20 ਤੋਂ 30 ਦੇ ਵਿੱਚ ਕਿੰਨੇ ਬੱਚਿਆਂ ਦੇ ਨੰਬਰ ਆਏ ਹੈ, 30 ਤੋਂ 40 ਦੇ ਵਿਚਕਾਰ ਕਿੰਨੇ ਬੱਚੇ ਹੈ ਜਿਨ੍ਹਾਂ ਦੇ ਨੰਬਰ ਮੈਥ 30 ਤੋਂ 40 ਦੇ ਵਿਚਕਾਰ ਆਏ ਹੈ, 40 ਤੋਂ 50। ਹੁਣ ਆ ਜਿਹੜੀ ਸਾਈਡ 'ਤੇ ਮੈਂ ਕੀ ਬਣਾਈ ਹੈ, ਲਿਮਿਟਾਂ, ਇੰਗਲਿਸ਼ 'ਚ ਲਿਮਿਟ ਕਹਿੰਦੇ ਆ, ਪੰਜਾਬੀ 'ਚ ਕਹਿੰਦੇ ਆ ਵਰਗ ਅੰਤਰਾਲ। ਸਮਝ ਲੱਗ ਗਈ, ਆਪਾਂ ਇੱਦਾਂ ਦਾ ਟੇਬਲ ਬਣਾਉਣਾ। ਹੁਣ ਉਹਨਾਂ ਨੇ ਕਿਹਾ ਕਿ 30 ਤੋਂ 35 ਜ਼ਰੂਰੀ ਨਹੀਂ, ਜਿਹੜੀ ਉਹਨਾਂ ਨੇ ਦਿੱਤੀ ਆਪਾਂ ਉੱਥੋਂ ਹੀ ਸ਼ੁਰੂ ਕਰਨਾ। ਆਪਾਂ ਚੈੱਕ ਕਰਨਾ ਪੂਰੇ ਟੇਬਲ 'ਚ ਜਿਹੜੀਆਂ ਰਕਮਾਂ ਦਿੱਤੀਆਂ, ਸਭ ਤੋਂ ਛੋਟੀ ਰਕਮ ਕਿਹੜੀ ਹੈ ਅਤੇ ਸਭ ਤੋਂ ਵੱਡੀ, ਸਭ ਤੋਂ ਛੋਟੀ ਕਿਹੜੀ ਹੈ ਦੱਸੋ, 31 ਸਭ ਤੋਂ ਛੋਟੀ ਹੈ ਅਤੇ ਵੱਡੀ ਸਭ ਤੋਂ 65। ਹੁਣ ਜੇ ਸਭ ਤੋਂ ਛੋਟੀ 31 ਹੈ, 30 ਤੋਂ 35 ਦੇ ਵਿਚਕਾਰ 31 ਆਉਂਦਾ ਨਾ, ਤਾਂ ਇਸ ਦਾ ਮਤਲਬ ਇੱਥੋਂ ਹੀ ਸ਼ੁਰੂ ਕਰਾਂਗੇ। ਮੰਨ ਲਓ ਸਭ ਤੋਂ ਛੋਟੀ 29 ਹੁੰਦੀ, ਮੰਨ ਲਓ, ਤਾਂ ਫਿਰ ਇੱਥੇ 30 ਤੋਂ 35 ਦੇ ਵਿਚਕਾਰ ਨਹੀਂ, ਫਿਰ ਆਪਾਂ ਕਿੱਥੋਂ ਸ਼ੁਰੂ ਕਰਾਂਗੇ, 25 ਤੋਂ 30। ਇਹ ਉਦਾਹਰਨ ਦੇਣ ਦਾ ਮਤਲਬ ਹੈ ਕਿ ਆਪਾਂ ਨੂੰ ਫਰਕ ਪਤਾ ਚੱਲ ਗਿਆ ਕਿ ਕਿੰਨੇ ਕਿੰਨੇ ਦੀ ਲਿਮਿਟ ਲੈਣੀ ਹੈ। 30 ਤੋਂ 35 ਦੇ ਵਿਚਕਾਰ ਕਿੰਨੇ ਦਾ ਫਰਕ ਹੈ, 5 ਦਾ, ਮਤਲਬ 5-5 ਨੰਬਰਾਂ ਦੀ ਲਿਮਿਟ ਲੈਣੀ ਹੈ, ਤਾਂ ਇਹ ਪਤਾ ਚੱਲ ਗਿਆ। ਹੁਣ ਸਭ ਤੋਂ ਵੱਡੇ ਕਿੰਨੀ ਹੈ, 65, ਯਾਨੀ ਕਿ ਲਿਮਿਟ ਕਿੱਥੋਂ ਤੱਕ ਚੱਲਣੀ ਹੈ, 65 ਤੋਂ 70, ਆਖਰੀ ਲਿਮਿਟ 65 ਤੋਂ 70 ਹੋਣੀ ਹੈ, ਤੇ ਸ਼ੁਰੂਆਤ ਕਿੱਥੋਂ ਹੋਣੀ ਹੈ, 30 ਤੋਂ 35। ਸਮਝ ਲੱਗ ਗਈ, ਹੁਣ ਆਪਾਂ ਪਹਿਲਾਂ ਲਿਮਿਟ ਬਣਾ ਲਈਏ।
35 ਤੋਂ 35 ਅਗਲੀ ਲਿਮਿਟ 35 ਤੋਂ 40 40 ਤੋਂ 45 45 ਤੋਂ 50 50 ਤੋਂ 55 ਤੋਂ 55 55 ਤੋਂ 60 60 ਤੋਂ 65 65 ਤੋਂ ਕਿੰਨਾ ਹੋ ਗਿਆ 70 ਲਿਮਿਟਾਂ ਬਣ ਗਈਆਂ ਹੁਣ ਹਰ ਲਿਮਿਟ ਵਿੱਚ ਕਿੰਨੇ ਕਿੰਨੇ ਬੱਚੇ ਹੈ ਇਹਨੂੰ ਧਿਆਨ ਨਾਲ ਸਮਝੋ ਇੱਥੇ ਬੱਚੇ ਗਲਤੀ ਕਰਦੇ 30 ਤੋਂ 35 ਦੇ ਵਿਚਕਾਰ ਆਪਾਂ ਇੱਥੇ ਗਿਣਦੇ ਹਾਂ ਪਰ ਕਿਵੇਂ ਗਿਣਦੇ ਹੈ ਧਿਆਨ ਦੇਣਾ ਆਪਾਂ 30 ਤੋਂ 35 ਦੇ ਵਿਚਕਾਰ ਇੱਕ ਤਾਂ 30 ਵਾਲੇ ਬੱਚੇ ਗਿਣੇ ਜਿਨ੍ਹਾਂ ਦੇ ਨੰਬਰ ਕਿੰਨੇ ਆਏ ਹੈ 30 ਇੱਕ 31 ਵਾਲੇ 32 ਇੱਕ 32 33 34 ਇੱਕ 34 35 ਵਾਲਾ ਨਹੀਂ ਗਿਣਨਾ ਕਿਉਂ ਇੱਥੇ ਵੀ 35 ਲਿਖਿਆ ਇੱਥੇ ਵੀ 35 ਜੇ ਦੋਵਾਂ ਪਾਸੇ ਗਿਣਾਂਗੇ ਤੇ 35 ਨੰਬਰ ਵਾਲੇ ਬੱਚੇ ਦੋ ਜਗ੍ਹਾ ਗਿਣੇ ਜਾਣਗੇ ਹਮੇਸ਼ਾ ਆਮਲੇ ਜਿਹੜੇ ਨੰਬਰ ਵਾਲੇ ਬੱਚੇ ਇੱਧਰਲੇ ਪਾਸੇ ਨਹੀਂ ਗਿਣਨੇ ਕਦੋਂ ਗਿਣਦੇ ਆ ਜਦੋਂ ਇੱਧਰ ਹੋਣ ਸਮਝ ਲੱਗ ਗਈ ਜਦੋਂ ਸ਼ੁਰੂਆਤ ਚ ਹੋਣਗੇ ਉਦੋਂ ਗਿਣਨੇ ਮਤਲਬ 35 ਨੰਬਰ ਵਾਲਾ ਬੱਚਾ ਇੱਥੇ ਗਿਣਨਾ ਇੱਥੇ ਕਿੱਥੋਂ ਤੱਕ ਗਿਣਨੇ ਨੰਬਰ 34 ਤੱਕ ਹੁਣ ਜਿਹੜੀ ਆ ਲਾਈਨ ਹੈ ਲਿਮਿਟ ਦਾ ਪਹਿਲੇ ਨੰਬਰ ਨੂੰ ਹੇਠਲੀ ਸੀਮਾ ਕਹਿੰਦੇ ਆ ਆ ਦੂਜੇ ਨੰਬਰ ਨੂੰ ਕੀ ਕਹਿੰਦੇ ਆ ਉੱਪਰਲੀ ਸੀਮਾ ਲੋਅਰ ਲਿਮਿਟ ਇੰਗਲਿਸ਼ ਚ ਇਹਨੂੰ ਕਹਿੰਦੇ ਆ ਹੇਠਲੀ ਸੀਮਾ ਇੰਗਲਿਸ਼ ਕੀ ਕਹਿੰਦੇ ਆ ਲੋਅਰ ਲਿਮਿਟ ਇੱਧਰ ਇਹਨੂੰ ਕੀ ਕਹਿੰਦੇ ਆ ਉੱਪਰਲੀ ਸੀਮਾ ਅਪਰ ਲਿਮਿਟ ਪਤਾ ਚੱਲ ਗਿਆ ਹੁਣ ਦੱਸੋ 30 ਤੋਂ 35 ਦੇ ਵਿਚਕਾਰ 30 ਵਾਲਾ ਪਹਿਲਾਂ ਦੇਖੋ ਕੋਈ ਬੱਚਾ ਆਇਆ 33 ਨਹੀਂ ਜੀ 31 ਵਾਲਾ ਹੈ ਨਹੀਂ ਠੀਕ ਹੈ ਜੀ 31 ਵਾਲੇ ਕਿੰਨੇ ਆ ਇੱਕ 31 ਵਾਲਾ ਇੱਕ ਹੋ ਗਿਆ 32 ਵਾਲਾ ਨਹੀਂ ਇੱਕ ਨਹੀਂ ਹੈ ਨਹੀਂ 33 ਵਾਲਾ ਇੱਕ ਹੈ ਜੀ ਠੀਕ ਹੈ ਤੇ 32 ਵਾਲਾ ਵੀ ਕ੍ਰਾਸ ਹੋ ਗਿਆ 33 ਵਾਲਾ ਠੀਕ ਹੈ 34 ਵਾਲਾ ਇੱਕ ਠੀਕ ਹੈ ਤਾਂ ਹੁਣ ਟੋਟਲ ਕਿੰਨੇ ਹੋ ਗਏ 3 ਯਾਨੀ ਕਿ 30 ਤੋਂ 35 ਦੇ ਵਿਚਕਾਰ ਕਿੰਨੇ ਬੱਚਿਆਂ ਦੇ ਨੰਬਰ ਆਏ ਆ 3 ਸਮਝ ਲੱਗੀ ਹੁਣ 35 ਤੋਂ 40 ਦੇ ਵਿਚਕਾਰ 35 ਨੰਬਰ ਵਾਲੇ 36 ਨੰਬਰ ਵਾਲੇ ਕਿਹੜੇ ਕਿਹੜੇ ਦੇਖਣੇ ਆ 35 ਵਾਲੇ 36 ਵਾਲੇ 35 ਵਾਲੇ 36 ਵਾਲੇ ਤੇ 40 ਵਾਲੇ ਦੇਖਣੇ ਆ ਨਹੀਂ ਜੀ 40 ਵਾਲੇ ਕਦੋਂ ਦੇਖਾਂਗੇ ਜਦੋਂ ਲੋਅਰ ਲਿਮਿਟ ਹੇਠਲੀ ਸੀਮਾ ਬਣ ਹੁਣ ਦੱਸੋ 35 ਵਾਲੇ ਕਿੰਨੇ ਬੱਚੇ ਆ ਕੋਈ ਨਹੀਂ 36 ਵਾਲੇ 1 37 ਵਾਲਾ 38 ਵਾਲਾ 2 ਜੀ 2 ਜੀ 38 2 ਹੈ ਧਿਆਨ ਨਾਲ ਚੈੱਕ ਕਰੋ 1 ਆ ਰਿਹਾ 1 ਆ ਰਿਹਾ 2 39 1 39 ਵਾਲੇ ਇੱਥੇ ਆ 1 ਆ ਰਿਹਾ ਠੀਕ ਹੈ ਤੇ ਟੋਟਲ ਕਿੰਨੇ ਬੱਚੇ ਹੋ ਗਏ 4 ਯਾਨੀ ਕਿ 35 ਤੋਂ 40 ਦੇ ਵਿੱਚ ਘਰ ਕਿੰਨੇ ਬੱਚਿਆਂ ਦੇ ਨੰਬਰ ਆਇਆ ਹੈ 4 ਅੱਗੇ 40 ਤੋਂ 45 ਚ ਪਹਿਲਾਂ 40 ਵਾਲਾ ਦੇਖੋ ਹੈਗਾ ਜੀ ਇੱਕ ਹੈ ਇੱਥੇ ਲਿਖੀਏ 40 ਵਾਲਾ ਕਿੰਨਾ 1 41 ਵਾਲਾ 1 42 ਵਾਲਾ 1 47 ਵਾਲਾ 44 ਵਾਲਾ 1 ਤੇ ਇਹ ਵੀ ਕਿੰਨੇ ਹੋ ਗਏ 1 2 3 4 ਤਾਂ ਕਿੰਨੇ ਹੋ ਗਏ 4 ਹੁਣ 45 ਤੋਂ 50 45 ਵਾਲਾ ਹੈ ਨਹੀਂ ਨਹੀਂ 46 ਵਾਲਾ 1 ਹੈ ਗਏ ਇੱਕ ਹੀ ਲਿਖ ਦਿੰਦੇ ਆ 45 ਦਾ 46 ਵਾਲਾ ਇਕੁਅਲ ਪਲੱਸ 47 ਵਾਲਾ ਇੱਕ ਹੈ ਜੀ 48 ਵਾਲਾ ਇੱਕ 48 ਵਾਲਾ ਇੱਕ ਹੈ 49 ਵਾਲਾ ਦੋ ਜੀ ਤਾਂ ਕਿੰਨੇ ਹੋ ਗਏ 2 3 4 ਤੇ 5 ਐਵੇਂ ਵੀ ਲਿਖ ਸਕਦੇ ਹੋ
ਠੀਕ ਹੈ ਜੀ। ਅੱਗੇ ਪੰਜਾਹ ਪਚਵੰਜਾ ਚ ਕਿੰਨੇ ਆ? ਪੰਜਾਹ ਵਾਲਾ, ਇਕਵੰਜਾ ਵਾਲਾ, ਬਵੰਜਾ ਵਾਲਾ, ਤਰਵੰਜਾ, ਤਰਵੰਜਾ ਇੱਥੇ ਬਸ ਪਚਵੰਜਾ ਤੋਂ ਸੱਠ ਵਾਲਾ ਵੀ, ਸੱਠ ਤੋਂ ਪੈਂਹਠ ਵਾਲਾ।